ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰਲ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜਾਬ ਵਿੱਚ ਜੋ ਕੰਪਿਊਟਰ ਆਪਰੇਟਰ ਸੀਨੀਅਰ ਇੰਸਟ੍ਰਕਟਰ ਪੀਟੀਆਈ ਕਲਰਕ ਦੀਆਂ ਭਰਤੀਆਂ ਆਈਆਂ ਹਨ ਉਹਨਾਂ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਮੈਂ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਦਵਾਗਾ ਕਿ ਇਹਨਾਂ ਲਈ ਕਿਹੜੀ ਯੋਗਤਾ ਹੋਵੇਗੀ ਅਤੇ ਇਹਨਾਂ ਲਈ ਅਪਲਾਈ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਗਾ ਮੈਂ ਇਸ ਵੀਡੀਓ ਨੂੰ ਸ਼ੁਰੂ ਕਰਾਂ ਇਸ ਤੋਂ ਪਹਿਲਾਂ ਮੈਂ ਚਾਹਣਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀਆਂ ਜੌਬਸ ਬਾਰੇ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਦੋਸਤੋ ਮੈਂ ਤੁਹਾਨੂੰ ਐਡਵਰਟਾਈਜ਼ਮੈਂਟ ਉੱਪਰ ਲੈ ਜਾਂਦਾ ਹਾਂ ਤਾਂ ਡਿਸਟ੍ਰਿਕਟ ਡਿਫੈਂਸ ਸਰਵਿਸ ਵੈਲਫੇਅਰ ਆਫਿਸ ਫਤੇਗੜ ਸਾਹਿਬ ਵੱਲੋਂ ਜਿਹੜੀ ਇਹ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਹੈ ਤੇ ਇਸ ਲਈ ਜੋ ਵਾਕ ਇਨ ਇੰਟਰਵਿਊ ਹੋਵੇਗਾ ਕੋਈ ਵੀ ਟੈਸਟ ਨਹੀਂ ਲਿਆ ਜਾਵੇਗਾ ਅਤੇ ਇਹ ਜਿਹੜੀਆਂ ਭਰਤੀਆਂ 11 ਮਹੀਨੇ ਲਈ ਠੇਕੇ ਦੇ ਆਧਾਰ ਤੇ ਹੋਣਗੀਆਂ ਠੀਕ ਹੈ ਜੀ ਅਸਾਮੀਆਂ ਦਾ ਨਾ ਇਸ ਤਰ੍ਹਾਂ ਹੈ ਪਹਿਲੀ ਅਸਾਮੀ ਹੈ ਕੰਪਿਊਟਰ ਆਪਰੇਟਰ ਇਸ ਦੇ ਲਈ ਯੋਗਤਾ ਹੈ ਐਮਸੀਏ ਐਮਟੈਕ ਤੇ ਸੀਐਸ ਦੂਸਰੇ ਨੰਬਰ ਤੇ ਸੀਨੀਅਰ ਇਨਸਟ੍ਰਕਟਰ ਦੀ ਪੋਸਟ ਹੈ ਇਸ ਲਈ ਯੋਗਤਾ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਤੀਸਰੇ ਨੰਬਰ ਤੇ ਹੈ ਜੀ ਪਟੀਆਈ ਤੇ ਯੋਗਤਾ ਹੋਣੀ ਚਾਹੀਦੀ ਹੈ ਪੀਟੀ ਕੋਰਸ ਕੁਆਲੀਫਾਈਡ ਜਿਹੜੇ ਕੈਂਡੀਡੇਟਸ ਇਸ ਵਾਸਤੇ ਅਪਲਾਈ ਕਰ ਸਕਦੇ ਹਨ ਚੌਥੇ ਨੰਬਰ ਤੇ ਆ ਜੀ ਕਲਰਿਕ ਇਸ ਲਈ ਯੋਗਤਾ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਅਤੇ 30 ਸ਼ਬਦ ਪ੍ਰਤੀ ਮਿੰਟ ਵਿੱਚ ਰਾਵੀ ਫੌਂਟ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦਾ ਜਿਹੜਾ ਟਾਈਪਿੰਗ ਟੈਸਟ ਲਿਆ ਜਾਵੇਗਾ ਪੰਜਵੇਂ ਨੰਬਰ ਤੇ ਆ ਜੀ ਕਲਰਿਕ ਪਾਰਟ ਟਾਈਮ ਗ੍ਰੈਜੂਏਸ਼ਨ ਇਸ ਦੀ ਯੋਗਤਾ ਹੈ ਅਤੇ 30 ਸ਼ਬਦ ਪ੍ਰਤੀ ਮਿੰਟ ਵਿੱਚ ਰਾਵੀ ਫੌਂਟ ਵਿੱਚ ਜੋ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਜਿਹੜਾ ਟਾਈਪਿੰਗ ਟੈਸਟ ਲਿਆ ਜਾਵੇਗਾ ਤੇ ਹੁਣ ਜਿਹੜੇ ਕੈਂਡੀਡੇਟਸ ਇਹਨਾਂ ਯੋਗਤਾ ਨੂੰ ਪੂਰੀ ਕਰਦੇ ਹਨ ਅਤੇ ਜਿਹੜੇ ਚਾਹਵਾਨ ਕੈਂਡੀਡੇਟਸ ਹਨ ਆਪਣੇ ਜਿਹੜੇ ਸਾਰੇ ਦਸਤਾਵੇਜ਼ ਦੀ ਜੋ ਇੱਕ ਫੋਟੋਕਾਪੀ ਬਾਇਓ ਡਾਟਾ ਅਤੇ ਅਸਲ ਸਰਟੀਫਿਕੇਟਸ ਤਜਰਬਾ ਸਰਟੀਫਿਕੇਟ ਜਿਹੜੇ ਲੈ ਕੇ ਜਿਹੜਾ ਦਿੱਤਾ ਹੋਇਆ ਪਤਾ ਹੈ ਡਿਸਟ੍ਰਿਕਟ ডিফেন্স ਸਰਵਿਸ ਵੈਲਫੇਅਰ ਆਫਿਸ ਫਤੇਗੜ ਸਾਹਿਬ ਵਿਖੇ 25 11 2020 ਨੂੰ ਸਵੇਰੇ 9 ਵਜੇ ਵਾਕ ਇਨ ਇੰਟਰਵਿਊ ਲਈ ਪਹੁੰਚ ਸਕਦੇ ਹਨ ਤਾਂ ਦੋਸਤੋ ਇਹ ਸੀ ਪੰਜਾਬ ਵਿੱਚ ਆਈਆਂ ਨਵੀਆਂ ਭਰਤੀਆਂ ਬਾਰੇ ਜਾਣਕਾਰੀ ਅਤੇ ਹੋਰ ਨਾਲ ਜੋਬਸ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ